ਹਕੀਕਤ ਬਣ ਹੀ ਜਾਣਾ ਸੀ ਜੇ ਆ ਜਾਂਦਾ ਕਿਤੇ ਤੜਕੇ। ਹਕੀਕਤ ਬਣ ਹੀ ਜਾਣਾ ਸੀ ਜੇ ਆ ਜਾਂਦਾ ਕਿਤੇ ਤੜਕੇ, ਮੇਰਾ ਸੁਪਨਾ ਸੁਆਹ ਹੋਇਆ ਉਹ ਨੀਂਦੀ ਰਾਤ ਵਿੱਚ ਸੜਕੇ। ਕੀ ਬਾਤ ਹੈ, ਕੀ ਬਾਤ ਹੈ। ਤੋ ਸ਼ੇਰ ਦੇਖਣਾ ਕਿ ਹਜ਼ਾਰਾਂ ਕਾਫਲੇ ਲੰਘਣ 'ਤੇ ਵੀ ਖਾਮੋਸ਼ ਰਹਿੰਦਾ ਹੈ, ਹਜ਼ਾਰਾਂ ਕਾਫਲੇ ਲੰਘਣ 'ਤੇ ਵੀ ਖਾਮੋਸ਼ ਰਹਿੰਦਾ ਹੈ, ਉਹਦੇ ਕਦਮਾਂ ਦੀ ਆਹਟ ਨੂੰ ਸੁਣੇ ਤਾਂ ਦਿਲ ਮੇਰਾ ਤੜਕੇ। ਕੀ ਬਾਤ ਹੈ, ਕੀ ਬਾਤ ਹੈ। ਤੋ ਅੜੀ ਖੋਰਾ ਬੜਾ ਦਿਲਦਾਰ, ਮੰਨੇ ਨਾ ਕਦੇ ਮੇਰੀ। ਕੀ ਬਾਤ ਹੈ। ਅੜੀ ਖੋਰਾ ਬੜਾ ਦਿਲਦਾਰ, ਮੰਨੇ ਨਾ ਕਦੇ ਮੇਰੀ, ਮਨਾਉਂਦਾ ਹੈ ਉਹ ਗੱਲ ਆਪਣੀ ਮੇਰੇ ਕੋਲੋਂ ਸਦਾ ਅੜ ਕੇ। ਤੋ ਸ਼ੇਰ ਦੇਖਣਾ ਜੀ, ਹੈ ਬੰਦੇ ਦਾ ਸਲੀਕਾ ਹੀ ਉਹਦੇ ਕਿਰਦਾਰ ਦਾ ਸ਼ੀਸ਼ਾ। ਕੀ ਬਾਤ ਹੈ। ਹੈ ਬੰਦੇ ਦਾ ਸਲੀਕਾ ਹੀ ਉਹਦੇ ਕਿਰਦਾਰ ਦਾ ਸ਼ੀਸ਼ਾ, ਇਹ ਜਾਣਨ ਨੂੰ ਕਿਸੇ ਅੰਦਰ ਨਾ ਕੋਈ ਵੇਖਦਾ ਵੜ ਕੇ। ਤੋ ਸ਼ੇਰ ਦੇਖਣਾ ਕਿ ਜਿਨ੍ਹਾਂ ਪੁੱਤਰਾਂ ਦੇ ਹੁੰਦਿਆਂ ਸੁਣਦਿਆਂ ਰੁਲਦੇ ਰਹੇ ਮਾਪੇ, ਜਿਨ੍ਹਾਂ ਪੁੱਤਰਾਂ ਦੇ ਹੁੰਦਿਆਂ ਸੁਣਦਿਆਂ ਰੁਲਦੇ ਰਹੇ ਮਾਪੇ, ਉਹ ਪਿੱਤਰਾਂ ਨੂੰ ਸੰਭਾਲਣਗੇ ਸੁਨਹਿਰੀ ਜੜਤ ਵਿੱਚ ਜੜ ਕੇ। ਕੀ ਬਾਤ ਹੈ। ਉਹ ਪਿੱਤਰਾਂ ਨੂੰ ਸੰਭਾਲਣਗੇ ਸੁਨਹਿਰੀ ਜੜਤ ਵਿੱਚ ਜੜ ਕੇ। ਜਿਨ੍ਹਾਂ ਪੁੱਤਰਾਂ ਦੇ ਹੁੰਦਿਆਂ ਸੁਣਦਿਆਂ ਰੁਲਦੇ ਰਹੇ ਮਾਪੇ, ਉਹ ਪਿੱਤਰਾਂ ਨੂੰ ਸੰਭਾਲਣਗੇ ਸੁਨਹਿਰੀ ਜੜਤ ਵਿੱਚ ਜੜ ਕੇ। ਤੋ ਸ਼ੇਰ ਦੇਖਣਾ ਕਿ ਨਾ ਖੁੱਲ੍ਹਿਆ ਤੀਸਰਾ ਨੇਤਰ, ਨਾ ਹੋਇਆ ਚਾਨਣਾ ਅੰਦਰ। ਨਾ ਖੁੱਲ੍ਹਿਆ ਤੀਸਰਾ ਨੇਤਰ, ਨਾ ਹੋਇਆ ਚਾਨਣਾ ਅੰਦਰ, ਹਨੇਰੇ ਵਿੱਚ ਅਜੇ ਭਟਕੇ ਮਣਾ ਮੂੰਹ ਪੋਥੀਆਂ ਪੜ ਕੇ। ਹਨੇਰੇ ਵਿੱਚ ਅਜੇ ਭਟਕੇ ਮਣਾ ਮੂੰਹ ਪੋਥੀਆਂ ਪੜ ਕੇ। ਤੋ ਸ਼ੇਰ ਦੇਖਣਾ ਕਿ ਹਨੇਰਾ ਕੂੜ ਦਾ ਸਾਰੀ ਧਰਤ 'ਤੇ ਫੈਲ ਜਾਵੇਗਾ, ਹਨੇਰਾ ਕੂੜ ਦਾ ਸਾਰੀ ਧਰਤ 'ਤੇ ਫੈਲ ਜਾਵੇਗਾ, ਖਲਾ ਵਿੱਚ ਗੂੰਜਦੇ ਸੱਚ ਨੂੰ ਜੇ ਸੁਣਿਆ ਨਾ ਤੁਸਾਂ ਖੜ ਕੇ। ਤੋ ਉਸ ਦਾ ਸ਼ੁਕਰ ਕਰ, ਦਿੱਤਾ ਹੈ ਦਿਨ ਜਿਸ ਰੌਸ਼ਨੀ ਭਰਿਆ। ਤੋ ਉਸ ਦਾ ਸ਼ੁਕਰ ਕਰ, ਦਿੱਤਾ ਹੈ ਦਿਨ ਜਿਸ ਰੌਸ਼ਨੀ ਭਰਿਆ, ਹੈ ਦਿੱਤੀ ਖੂਬਸੂਰਤ ਰਾਤ ਤੈਨੂੰ ਤਾਰਿਆਂ ਜੜ ਕੇ। ਤੋ ਮਕਤਾ ਹਾਜ਼ਰ ਹੈ ਜੀ, ਤੂੰ ਹੁਣ ਹਰ ਫੂਲ ਰੰਗ ਵੇਖੀ, ਇਹਨਾਂ ਦੀਆਂ ਸ਼ੋਖੀਆਂ ਵੇਖੀ। ਤੂੰ ਹੁਣ ਹਰ ਫੂਲ ਰੰਗ ਵੇਖੀ, ਇਹਨਾਂ ਦੀਆਂ ਸ਼ੋਖੀਆਂ ਵੇਖੀ, ਢਲੀ ਉਮਰੇ ਕਰੇਗਾ ਕੀ ਉੜਦੀਆਂ ਤਿਤਲੀਆਂ ਫੜ ਕੇ। ਕੀ ਬਾਤ ਹੈ, ਫੇਰ ਕਹੋ, ਫੇਰ ਕਹੋ। ਤੂੰ ਹੁਣ ਹਰ ਫੂਲ ਰੰਗ ਵੇਖੀ, ਇਹਨਾਂ ਦੀਆਂ ਸ਼ੋਖੀਆਂ ਵੇਖੀ, ਢਲੀ ਉਮਰੇ ਕਰੇਗਾ ਕੀ ਉੜਦੀਆਂ ਤਿਤਲੀਆਂ ਫੜ ਕੇ। ਮਿਹਰਬਾਨੀ। ਸੁਪਰਵੀਜ਼ਾ ਇੰਸ਼ੋਰੈਂਸ ਕਰਵਾਉਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ, ਪਰ ਇਹ ਕਰਵਾਉਣ ਤੋਂ ਪਹਿਲੇ ਕੁਝ ਚੀਜ਼ਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ, ਜਿਵੇਂ ਕਿ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਨਾ ਮਨਜ਼ੂਰ ਹੋ ਜਾਏ, ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਮਹੀਨਿਆਂ ਬਾਅਦ ਵਾਪਸ ਜਾਣਾ ਪੈ ਜਾਏ, ਤਾਂ ਤੁਹਾਡੇ ਦਿੱਤੇ ਹੋਏ ਪੈਸਿਆਂ ਦਾ ਕੀ ਬਣੇਗਾ? ਇਹੋ ਜਿਹੇ ਹੋਰ ਸਵਾਲਾਂ ਦੇ ਜਵਾਬ ਇੱਕ ਭਰੋਸੇਮੰਦ, ਇਮਾਨਦਾਰ ਤੇ ਤਜਰਬੇਕਾਰ ਪ੍ਰੋਫੈਸ਼ਨਲ ਹੀ ਦੇ ਸਕਦਾ ਹੈ। ਇਸ ਲਈ ਪੰਜਾਬ ਇੰਸ਼ੋਰੈਂਸ ਏਜੰਸੀ ਨੂੰ ਫੋਨ ਕਰਨ ਦਾ ਕੋਈ ਹਰਜ ਨਹੀਂ, ਜਸਟ ਗਿਵ ਇਟ ਅ ਟ੍ਰਾਈ। ਪੰਜਾਬ ਇੰਸ਼ੋਰੈਂਸ, ਲਿਵ ਯੋਰ ਡ੍ਰੀਮ। ਕੀ ਹੋਇਆ, ਕਿਸ ਨਾਲ ਲੜਕੇ ਹੈਗੀ ਆ? ਤਨ ਹਰ ਵੇਲੇ ਮਜ਼ਾਕ ਹੀ ਸੁੱਝਦਾ ਹੈ। ਕੀ ਹੋਇਆ? ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ। ਕੀ ਕਹਿੰਦੇ ਆ? ਕਦੇ ਕਦੇ ਆਪ ਪੇਪਰ ਲੈ ਕੇ ਆਓ, ਕਦੇ ਆਪ ਪੇਪਰ ਲੈ ਕੇ। ਓ ਮਾਈ ਗੋਡ, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਹਾਂ, ਇੰਨੀ ਕੀ ਗੱਲ। ਜਦੋਂ ਆਪਾਂ ਨਾ ਪੁਰਾਣੀ ਇਮੀਗ੍ਰੇਸ਼ਨ ਦੇ ਰਾਜਪਾਲ ਪੋਲਟੀਕਲ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 ਮੋਰਗੇ।
ਮਾਰਗੇਜ ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮਾਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 604-572-5050 ਸਰਦਾਰ ਸਰੂਪ ਸਿੰਘ ਚੰਦੀ। AAA ਆਟੋ ਬਾਡੀ ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦਾ ਬਿਗੈਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ। ਅਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ।